ਅਸੀਕਾ ਦੋਸਤੋ ਤੁਸੀਂ ਸਿਹਤ ਸੁਧਾਰ ਚੈਨਲ ਦੇਖ ਰਹੇ ਹੋ। ਮੈਂ ਹਾਂ ਧਨਵੰਤ ਸਿੰਘ। ਦੋਸਤੋ ਜਿਸ ਤਰ੍ਹਾਂ ਕਿ ਸਿਹਤ ਸੁਧਾਰ ਚੈਨਲ ਤੇ ਅਸੀਂ ਵੱਖ-ਵੱਖ ਬਿਮਾਰੀਆਂ ਦੇ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਰਹਿੰਦੇ ਹਾਂ, ਵੱਖ-ਵੱਖ ਬਿਮਾਰੀਆਂ ਦੇ ਇਲਾਜ ਪਰਹੇਜ਼ ਬਾਰੇ ਦੱਸਦੇ ਰਹਿੰਦੇ ਹਾਂ ਤੇ ਮਾਹਿਰਾਂ ਨਾਲ ਮੁਲਾਕਾਤਾਂ ਕਰਾਉਂਦੇ ਰਹਿੰਦੇ ਹਾਂ। ਅੱਜ ਇਸੇ ਤਰ੍ਹਾਂ ਸਾਡੇ ਨਾਲ ਮੁਲਾਕਾਤ ਕਰਨ ਲਈ ਮੌਜੂਦ ਨੇ ਵੈਦ ਨਰਿੰਦਰ ਸਿੰਘ ਜੀ। ਨਰਿੰਦਰ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਵੀਰ ਧਨਵੰਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸਾਂ ਜੋ ਸਾਨੂੰ ਦਰਸ਼ਕਾਂ ਦੇ ਰੂਬਰੂ ਕੀਤਾ। ਤੇ ਵੈਦ ਜੀ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਆ, ਅੱਜ ਦਾ ਵਿਸ਼ਾ ਹੈਗਾ ਜੀ ਬਵਾਸੀਰ, ਜਿਹਦੇ ਤੇ ਗੱਲ ਕਰਨ ਲੱਗਿਆਂ ਬਹੁਤ ਜ਼ਿਆਦਾ ਲੋਕ ਸ਼ਰਮ ਮਹਿਸੂਸ ਕਰਦੇ ਨੇ, ਪਰ ਇਹ ਇੱਕ ਬਿਮਾਰੀ ਆ ਜਿਹਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ, ਕਿਉਂਕਿ ਜੇ ਸਹੀ ਜਾਣਕਾਰੀ ਹੋਊਗੀ ਤਾਂ ਹੀ ਅਸੀਂ ਉਸ ਚੀਜ਼ ਨੂੰ ਅੱਗੇ ਇਲਾਜ ਕਰਵਾ ਸਕਦੇ ਹਾਂ। ਸੋ ਪਹਿਲਾ ਸਵਾਲ ਮੇਰਾ ਇਹੀ ਹੈ ਵੈਦ ਜੀ ਕਿ ਬਵਾਸੀਰ ਅਸਲ 'ਚ ਹੁੰਦੀ ਕੀ ਹੈ ਜੀ? ਇਹਦੇ ਵਿੱਚ ਵੇਖੋ ਵੀਰ ਧਨਵੰਤ ਸਿੰਘ ਜੀ, ਦੋ ਤਰ੍ਹਾਂ ਦੀ ਬਵਾਸੀਰ ਹੁੰਦੀ ਹੈ। ਇੱਕ ਤਾਂ ਵਾਦੀ ਬਵਾਸੀਰ ਹੁੰਦੀ ਹੈ, ਇੱਕ ਖੂਨੀ ਬਵਾਸੀਰ ਹੁੰਦੀ ਹੈ। ਤੇ ਇਹ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਜਿਸ ਕਿਸੇ ਰੋਗੀ ਨੂੰ ਇਹ ਸਮੱਸਿਆ ਹੋ ਜਾਂਦੀ ਹੈ, ਉਹ ਇਸ ਸਮੱਸਿਆ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਹੈ, ਵੀ ਸ਼ਰਮ ਮਹਿਸੂਸ ਕਰਦਾ ਕਿਸੇ ਨਾਲ ਗੱਲ ਕਰਨ ਤੇ, ਵੀ ਮੈਂ ਕਿਸੇ ਨਾਲ ਕੀ ਗੱਲ ਕਰਾਂਗਾ ਇਸ ਸਮੱਸਿਆ ਬਾਰੇ। ਪਰ ਮੈਂ ਤੇ ਇਹੀ ਗੱਲ ਕਹਾਂਗਾ ਕਿ ਕੋਈ ਵੀ ਰੋਗ ਏ ਉਸਨੂੰ ਛੁਪਾਓ ਨਾ। ਜੇਕਰ ਕੋਈ ਵੀ ਕਿਸੇ ਵੀ ਕਿਸਮ ਦਾ ਰੋਗ ਏ, ਜੇਕਰ ਛੁਪਾਓਗੇ ਤੇ ਰੋਗ ਦਿਨੋ ਦਿਨ ਵਧੇਗਾ, ਘਟਣਾ ਨੀਗਾ ਹੈਗਾ। ਤੇ ਚਲੋ ਜਿਹੜਾ ਰੋਗ ਲੱਗਾ ਹੋਇਆ ਉਸ ਨੂੰ ਯਾਨੀ ਕਿ ਛੁਪਾਉਣਾ ਨੀ ਚਾਹੀਦਾ ਹੈਗਾ। ਤੇ ਇਹਦੇ ਵਿੱਚ ਜਿਹੜੀ ਖੂਨੀ ਬਵਾਸੀਰ ਹੁੰਦੀ ਹੈ, ਇਹਦੇ ਵਿੱਚ ਬਾਰੇ ਮੈਂ ਦੱਸ ਦਿੰਦਾ ਆ। ਆਪਾਂ ਇਸ ਵਿਸ਼ੇ ਤੇ ਅੱਜ ਗੱਲ ਕਰ ਲਈ ਨੇ ਖੂਨੀ ਬਵਾਸੀਰ ਤੇ। ਇਹਦਾ ਜਿਹੜਾ ਮੁੱਢ ਹੁੰਦਾ ਉਹ ਕਬਜ਼ ਰਿਆ ਨੀ, ਜਦ ਕਬਜ਼ ਰਹਿੰਦੀ ਹੈ ਪੇਟ ਸਾਫ਼ ਨਹੀਂ ਹੁੰਦਾ, ਫਿਰ ਹੌਲੀ 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 ਫਿਰ ਨਾਲ ਜਿਸ ਤਰ੍ਹਾਂ ਖੂਨ ਆਉਣਾ ਸ਼ੁਰੂ ਹੋ ਜਾਂਦਾ, ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਫਿਰ ਕਹਿ ਲਓ ਵੀ ਬਵਾਸੀਰ ਜਿਹੜੀ ਕਿ ਹੋਣੀ ਜਿਹੜੀ ਸ਼ੁਰੂ ਹੋ ਜਾਂਦੀ ਹੈ ਜਿਸ ਤਰ੍ਹਾਂ ਸਰੀਰ ਦੇ ਅੰਦਰ। ਫਿਰ ਉਹ ਰੋਗੀ ਨੂੰ ਪਹਿਲਾਂ ਤਾਂ ਮਹਿਸੂਸ ਨਹੀਂ ਹੁੰਦਾ, ਫਿਰ ਹੌਲੀ ਹੌਲੀ ਜਦੋਂ ਸਮੱਸਿਆ ਵਧੀ ਜਾਂਦੀ ਹੈ ਤੇ ਉਹ ਫਿਰ ਉਹਨੂੰ ਸਰੀਰ ਦੇ ਅੰਦਰ ਮਹਿਸੂਸ ਹੋਣ ਲੱਗ ਜਾਂਦਾ ਵੀ ਮੈਨੂੰ ਇਹ ਸਮੱਸਿਆ ਬਵਾਸੀਰ ਵਾਲੀ ਹੋ ਗਈ ਹੈ। ਤੇ ਸਰੀਰ ਅੰਦਰ ਕਹਿ ਲਓ ਵੀ ਹੌਲੀ ਹੌਲੀ ਕਮਜ਼ੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹ ਜਦ ਕਈ ਵਾਰੀ ਜ਼ਿਆਦਾ ਮਿਰਚ ਮਸਾਲੇ ਖਾਣ ਦੇ ਨਾਲ ਜਾਂ ਜ਼ਿਆਦੀਆਂ ਗਰਮ ਚੀਜ਼ਾਂ ਖਾਣ ਦੇ ਨਾਲ ਇਹ ਸਮੱਸਿਆ ਜਿਹੜੀ ਕਿ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਲੱਛਣ ਕੀ ਨੇ ਵੈਦ ਜੀ ਇਹਦੇ, ਕੀ ਬੰਦੇ ਨੂੰ ਪਤਾ ਕਿਵੇਂ ਕਦੋਂ ਲੱਗਦਾ ਕਿ ਮੈਨੂੰ ਬਵਾਸੀਰ ਹੋਈ ਆ, ਉਸ ਚੀਜ਼ ਦੇ ਲੱਛਣ ਕੀ ਨੇ ਜਿਹਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ? ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਕਹਿ ਲਈਏ ਵੀ ਸਾਰੀਆਂ ਬਿਮਾਰੀਆਂ ਦੀ ਜੜ ਕਬਜ਼ ਹੈ। ਜਦ ਸਰੀਰ ਦੇ ਅੰਦਰ ਕਬਜ਼, ਪੇਟ ਨਹੀਂ ਸਾਫ਼ ਹੋ ਰਿਹਾ, ਕਬਜ਼ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਨਾ, ਉਹ ਫਿਰ ਅੱਗੇ ਬਹੁਤ ਜ਼ਿਆਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਇਹਦੇ ਵਿੱਚ ਵੀ ਸ਼ੁਰੂਆਤ ਕਬਜ਼ ਤੋਂ ਹੀ ਹੁੰਦੀ ਹੈ। ਜਦ ਸਰੀਰ ਕਬਜ਼ ਸ਼ੁਰੂ ਹੋ ਗਈ ਤੇ ਉਹ ਫਿਰ ਕਹਿ ਲਓ ਵੀ ਜਿਹੜਾ ਜਿਹੜੀ ਸਮੱਸਿਆ ਹੌਲੀ ਹੌਲੀ ਸ਼ੁਰੂ ਹੋ ਜਾਣੀ, ਉਹਦੇ ਨਾਲ ਫਿਰ ਜਿਸ ਤਰ੍ਹਾਂ ਲੈਟਰਿੰਗ ਨਾਲ ਥੋੜਾ ਜਿਹਾ ਖੂਨ ਆਉਣਾ ਸ਼ੁਰੂ ਹੋ ਗਿਆ, ਫਿਰ ਹੌਲੀ ਹੌਲੀ ਉਹ ਜ਼ਖਮ ਹੋ ਕੇ ਵਧੀ ਜਾਣਾ, ਤੇ ਉਹ ਫਿਰ ਯਾਨੀ ਕਿ ਅੱਗੇ ਅੱਗੇ ਸਮੱਸਿਆ ਜਿਹੜੀ ਹੌਲੀ ਹੌਲੀ ਵਧੀ ਜਾਂਦੀ ਹੈ। ਉਹਦੇ ਵਿੱਚ ਕਈਆਂ ਨੂੰ ਤਾਂ ਇੱਥੋਂ ਤੱਕ ਵੀ ਸਮੱਸਿਆ ਆ ਜਾਂਦੀ ਹੈ ਵੀ ਬਹੁਤ ਇਲਾਜ ਕਰਵਾਉਂਦੇ ਨੇ ਫਿਰ ਵੀ ਉਹ ਸਮੱਸਿਆ ਠੀਕ ਨਹੀਂ ਹੁੰਦੀ, ਤੇ ਬਹੁਤ ਦਵਾਈਆਂ ਕਰਵਾਉਂਦੇ ਨੇ ਪਰ ਉਹ ਸਮੱਸਿਆ, ਅੰਗਰੇਜ਼ੀ ਦਵਾਈਆਂ ਕਰਵਾਉਂਦੇ ਨੇ, ਦੇਸੀ ਵੀ ਲੈਂਦੇ ਨੇ, ਪਰ ਕਈ ਵਾਰੀ ਦੇਸੀ ਦਵਾਈ ਠੀਕ ਮਿਲਦੀ ਆ ਤਾਂ ਠੀਕ ਆ, ਨਹੀਂ ਮਿਲਦੀ ਤਾਂ ਫਿਰ ਉਹ ਸਮੱਸਿਆ ਜਿਹੜੀ ਠੀਕ ਨਹੀਂ ਹੁੰਦੀ ਹੈਗੀ। ਫਿਰ ਕਈਆਂ ਨੂੰ ਤਾਂ ਆਪਰੇਸ਼ਨ ਤੱਕ ਕਰਵਾਉਣਾ ਪੈ ਜਾਂਦਾ ਤੇ ਇੱਥੋਂ ਤੱਕ ਯਾਨੀ ਕਿ ਸਮੱਸਿਆ ਵੱਧ ਜਾਂਦੀ ਹੈ। ਤੇ ਇਹਦਾ ਜੋ ਕਿ ਆਯੁਰਵੈਦ ਦੇ ਵਿੱਚ ਬਿਲਕੁਲ ਇਲਾਜ ਹੈਗਾ, ਕੋਈ ਬਹੁਤ ਜ਼ਿਆਦਾ ਮਹਿੰਗਾ ਇਲਾਜ ਨਹੀਂ ਹੈਗਾ, ਇਹ ਸਮੱਸਿਆ ਜਿਹੜੀ ਬਿਲਕੁਲ ਠੀਕ ਹੋ ਜਾਂਦੀ ਹੈ, ਤੇ ਜੋ ਕਿ ਜਿਹੜੀਆਂ ਬੂਟੀਆਂ ਦੇ ਨਾਲ ਆਯੁਰਵੈਦ ਦੇ ਨਾਲ ਇਹ ਸਮੱਸਿਆ ਨੂੰ ਬਿਲਕੁਲ ਠੀਕ ਕੀਤਾ ਜਾਂਦਾ ਹੈ। ਵੈਦ ਜੀ ਮੈਂ ਇਹੀ ਪੁੱਛਣ ਲੱਗਿਆ ਸੀ ਕਿ ਜਿਹੜਾ ਆਪਰੇਸ਼ਨ ਕਰਵਾਉਂਦੇ ਨੇ ਲੋਕ, ਕੀ ਆਪਰੇਸ਼ਨ ਨਾਲ ਜ਼ਿਆਦਾ ਉਹ ਸਹੀ ਜੜ ਤੋਂ ਬਿਮਾਰੀ ਖਤਮ ਹੋ ਜਾਂਦੀ ਹੈ ਜਾਂ ਫਿਰ ਆਯੁਰਵੇਦ ਹੀ ਇਹਦਾ ਇੱਕ ਸਫਲ ਇਲਾਜ ਹੈ? ਸਹੀ ਮੈਨੇ ਦੇ ਵਿੱਚ ਤੇ ਆਯੁਰਵੈਦ ਦਾ ਹੀ ਇਲਾਜ ਜਿਹੜਾ ਸਫਲ ਹੈ, ਤੇ ਬਿਮਾਰੀ ਜਿਹੜੀ ਜੜ ਤੋਂ ਆਯੁਰਵੈਦ ਦੇ ਨਾਲ ਜਿਹੜੀ ਠੀਕ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਤੇ ਦੁਬਾਰਾ ਇਹ ਸਮੱਸਿਆ ਜਿਹੜੀ ਪੈਦਾ ਨਹੀਂ ਹੁੰਦੀ ਹੈਗੀ। ਤੇ ਵੈਦ ਜੀ ਸਾਨੂੰ ਇੱਕ ਆਯੁਰਵੇਦ ਤੇ ਦੱਸੋ ਫਿਰ ਕਿਵੇਂ ਇਹ ਮਤਲਬ ਕਿ ਲੋਕਾਂ ਦਾ, ਜੇ ਤੁਸੀਂ ਇਹਨਾਂ ਚੀਜ਼ਾਂ ਦਾ ਹੀ ਇਲਾਜ ਕਰਦੇ ਹੋ ਤਾਂ ਕਿਸ ਤਰ੍ਹਾਂ ਇਲਾਜ ਕਰ ਸਕਦੇ ਹੋ, ਤੇ ਜਿਹੜੇ ਸਾਡੇ ਦਰਸ਼ਕ ਨੇ ਉਹ ਜੇ ਕੋਈ ਵੀ ਇਹੋ ਜਿਹੀ ਮਤਲਬ ਕਿ ਬਿਮਾਰੀ ਨਾਲ ਪੀੜਿਤ ਆ ਤਾਂ ਉਹ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਆਪਣੇ ਘਰ 'ਚ ਇਲਾਜ ਕਰ ਸਕਦਾ ਜਾਂ ਪਰਹੇਜ਼ ਰੱਖ ਸਕਦਾ? ਇਹਦੇ ਵਿੱਚ ਵੀਰ ਧਨਵੰਤ ਸਿੰਘ ਜੀ ਮੈਂ ਦੱਸ ਦਿਆਂਗਾ, ਇੱਕ
ਸੌਖਾ ਜਿਹਾ ਨੁਸਖਾ ਹੈ, ਕੋਈ ਬਹੁਤ ਜ਼ਿਆਦਾ ਔਖਾ ਨਹੀਂ ਨੁਸਖਾ ਹੈਗਾ। ਤੇ ਜੇਕਰ ਕਿਸੇ ਵੀ ਰੋਗੀ ਨੂੰ ਇਹ ਸਮੱਸਿਆ ਹੈ ਨਾ, ਤੇ ਉਹ ਆਪਣੇ ਘਰ ਦੇ ਵਿੱਚ ਇਸ ਸਮੱਸਿਆ ਤੋਂ ਯੋਗ ਛੁਟਕਾਰਾ ਪਾ ਸਕਦੇ ਨੇ। ਤੇ ਇਹ ਜੋ ਮੈਂ ਕੋਈ ਸਮਾਨ ਦੱਸਾਂਗਾ, ਇਹ ਆਰਾਮ ਨਾਲ ਸਮਾਨ ਮਿਲਣ ਵਾਲਾ, ਕੋਈ ਇਹ ਕਿਤੋਂ ਨਹੀਂ ਮਿਲਣਾ ਜਾਂ ਕਿੱਦਾਂ ਜਾਂ ਦੂਰ ਦੁਰਾਡੇ ਭੱਜਣਾ ਪੈਣਾ, ਇਹ ਆਮ ਜਿਹੀਆਂ ਚੀਜ਼ਾਂ ਨੇ, ਸਧਾਰਨ ਜਿਹੀਆਂ ਚੀਜ਼ਾਂ ਨੇ, ਤੇ ਜੋ ਕਿ ਹਰੇਕ ਸ਼ਹਿਰ ਦੇ ਵਿੱਚੋਂ ਹਰੇਕ ਕਸਬੇ ਦੇ ਵਿੱਚੋਂ ਜਿਹੜੀਆਂ ਕਿ ਇਹ ਚੀਜ਼ਾਂ ਮਿਲਣ ਵਾਲੀਆਂ ਨੇ। ਤੇ ਸਾਡੇ ਦਰਸ਼ਕ ਵੀਰ ਜਿਨ੍ਹਾਂ ਨੂੰ ਕਿਸੇ ਨੂੰ ਕਿਸੇ ਭੈਣ ਨੂੰ ਕਿਸੇ ਵੀਰ ਨੂੰ ਸਮੱਸਿਆ ਹੈ, ਤੇ ਉਹ ਇਸ ਸਮੱਸਿਆ ਤੋਂ ਜੋ ਕਿ ਛੁਟਕਾਰਾ ਪਾ ਸਕਦੇ ਨੇ, ਤੇ ਆਪਣਾ ਇਹ ਜੋ ਕੋਈ ਨੁਸਖਾ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਨੇ। ਤੇ ਇਹਦੇ ਵਿੱਚ ਮੈਂ ਦੱਸ ਦਿਆਂ, ਸਮਾਨ ਜਿਹੜਾ ਮੈਂ ਦੱਸਾਂਗਾ ਬਿਲਕੁਲ ਸਮਾਨ ਵਧੀਆ ਹੋਵੇ, ਓਰੀਜਨਲ ਹੋਵੇ, ਤੇ ਨੁਸਖਾ ਜਿਹੜਾ ਵੀ ਪੂਰਾ ਕੰਮ ਕਰੇਗਾ। ਇਹਦੇ ਵਿੱਚ ਦਰਸ਼ਕ ਸਾਡੇ ਨੋਟ ਕਰ ਲੈਣ, ਕਿਉਂਕਿ ਮੈਂ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਜਿਸ ਤਰ੍ਹਾਂ ਇੱਕ ਨੁਸਖੇ ਦੀ। ਉਹਦੇ ਵਿੱਚ ਕੀ ਹੁੰਦਾ, ਇਹ ਜਿਸ ਤਰ੍ਹਾਂ ਆਪਾਂ ਤੇ ਬੋਲ ਕੇ ਦੱਸ ਦਿੰਦਾ ਵੀਡੀਓ ਦੇ ਵਿੱਚ, ਕਈ ਵੀਰਾਂ ਨੂੰ ਸਮਝ ਨਹੀਂ ਲੱਗਦੀ ਹੈਗੀ, ਪਤਾ ਨਹੀਂ ਉਹਨਾਂ ਕੋਲੋਂ ਵੀਡੀਓ ਦੇ ਵਿੱਚ ਸੁਣਿਆ ਨਹੀਂ ਜਾਂਦਾ ਕਿ ਜਾਂ ਉਹਨਾਂ ਨੂੰ ਸਮਝਣ ਦੇ ਵਿੱਚ ਕੋਈ ਫਰਕ ਲੱਗ ਜਾਂਦਾ। ਤੇ ਫਿਰ ਮੈਨੂੰ ਕਾਫੀ ਵੀਰਾਂ ਦੇ ਮੈਸੇਜ ਆਏ, ਵਟਸਐਪ ਦੇ ਉੱਪਰ ਵੀ ਫੋਨ ਵੀ ਆਏ ਕਿ ਤੁਸੀਂ ਇਹ ਜੋ ਨੁਸਖਾ ਏ ਸਾਨੂੰ ਇਹ ਤੁਸੀਂ ਵਟਸਐਪ ਦੇ ਉੱਪਰ ਲਿਖ ਕੇ ਸੈਂਡ ਕਰ ਦਿਓ। ਉਹ ਪੇਟ ਗੈਸ ਵਾਲਾ ਸੀ, 17-18 ਚੀਜ਼ਾਂ ਵਾਲਾ। ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਵਟਸਐਪ ਦੇ ਉੱਪਰ ਇਕੱਲੇ ਇਕੱਲੇ ਨੂੰ ਤਾਂ ਸੈਂਡ ਕਰ ਨਹੀਂ ਸਕਦਾ, ਤੇ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਵੇਖ ਕੇ ਇੱਕ ਵਾਰੀ ਵੇਖੋ, ਦੋ ਵਾਰੀ ਵੇਖੋ, ਤਿੰਨ ਵਾਰੀ ਵੇਖੋ, ਚਾਰ ਵਾਰੀ ਦੇਖੋ, ਜਦ ਤੱਕ ਤੁਹਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ, ਤੇ ਉਹਨਾਂ ਚਿਰ ਤੁਸੀਂ ਨਾ ਨੋਟ ਕਰੋ, ਚੰਗੀ ਤਰ੍ਹਾਂ ਸਮਝ ਕੇ ਨੋਟ ਕਰ ਲਿਆ ਕਰੋ। ਤੇ ਇਸ ਕਰਕੇ ਆਪਾਂ ਇਹ ਜੋ ਕਿ ਪ੍ਰੋਗਰਾਮ ਬਣਾਇਆ ਹੋਇਆ ਵੀ ਸਾਰਿਆਂ ਤੱਕ ਨੁਸਖਾ ਪਹੁੰਚ ਜਾਵੇ। ਹੁਣ ਇਕੱਲੇ ਇਕੱਲੇ ਨੂੰ ਵਟਸਐਪ ਦੇ ਉੱਪਰ ਤੇ ਆਪਾਂ ਕਿਸੇ ਨੂੰ ਹੈਂਡ ਨਹੀਂ ਕਰ ਸਕਦੇ, ਭੇਜ ਨਹੀਂ ਸਕਦੇ, ਨਾ ਇੰਨਾ ਟਾਈਮ ਆਪਣੇ ਕੋਲ ਹੁੰਦਾ ਆ। ਤੇ ਇਹ ਹੁਣ ਚੰਗੀ ਤਰ੍ਹਾਂ ਵੀਰ ਸਮਝ ਲੈ ਰਹੇ ਨੁਸਖੇ ਨੂੰ ਕਿੱਦਾਂ ਤਿਆਰ ਕਰਨਾ। ਤੇ ਇਹ ਮੈਂ ਸਮਾਨ ਲੱਗਾ ਬੋਲ ਕੇ ਦੱਸਣ, ਕਾਪੀ ਪੈਨ ਲੈ ਕੇ ਵੀਰ ਸਾਡੇ ਨੋਟ ਕਰ ਲੈਣ। ਇਹਦੇ ਵਿੱਚ ਅਸਲੀ ਤਵਾ ਸੀਰ ਲੈਣੀ ਹੈ 1 ਤੋਲਾ। ਤੋਲੇ ਦੀ ਫਿਰ ਕਈਆਂ ਨੂੰ ਨਹੀਂ ਸਮਝ ਹੁੰਦੀ, 10 ਗ੍ਰਾਮ ਆਪਾਂ ਕਹਿ ਲਈਏ, 10 ਗ੍ਰਾਮ ਅਸਲੀ ਤਵਾ ਸੀਰ, 10 ਗ੍ਰਾਮ ਭੂਰੀ ਮਿਰਚ 10 ਗ੍ਰਾਮ ਲੈ ਲੈਣੀ ਹੈ। ਉਸ ਤੋਂ ਹਾਂਜੀ, ਉਸ ਤੋਂ ਅੱਗੇ 3 ਨੰਬਰ ਤੇ, 1 ਨੰਬਰ ਤੇ ਤਵਾ ਸੀਰ, 2 ਨੰਬਰ ਤੇ ਭੂਰੀ ਮਿਰਚ, 3 ਨੰਬਰ ਤੇ ਮੋਟੀ ਮੱਗ ਲੈਣੀ ਹੈ। ਮੋਟੀ ਮੱਗ ਵੀ ਜਿਹੜੀ ਇਹ ਵੀ 10 ਗ੍ਰਾਮ ਲੈਣੀ ਹੈ। 4 ਨੰਬਰ ਤੇ ਆ ਬਲਚਰ, ਬਲਚਰ ਇਹ ਵੀ ਜਿਹੜਾ 10 ਗ੍ਰਾਮ ਲੈ ਲੈਣਾ। ਉਸ ਤੋਂ ਅੱਗੇ 5 ਨੰਬਰ ਤੇ ਆ ਖੁਰਾਸਾਨੀ ਜਵੈਣ ਇਹ ਜਿਹੜੀ ਇਹ ਵੀ 10 ਗ੍ਰਾਮ ਲੈ ਲੈਣੀ। ਉਸ ਤੋਂ ਅੱਗੇ 6 ਨੰਬਰ ਤੇ ਆ ਜੀ ਠੀਕਰੀ ਨੁਸਾਦਰ, ਇਹ ਜਿਹੜਾ ਹਾਂਜੀ ਠੀਕਰੀ ਨੁਸਾਦਰ ਇਹ 20 ਗ੍ਰਾਮ ਲੈਣਾ ਹੈ। ਇਹ 6 ਚੀਜ਼ਾਂ ਨੇ ਪੂਰੀਆਂ। ਹਾਂਜੀ, ਉੱਪਰ ਦੀਆਂ ਜਿਹੜੀ ਮੈਂ ਬੋਲ ਕੇ ਦੱਸੀਆਂ ਚੀਜ਼ਾਂ 5-5 ਗ੍ਰਾਮ ਲਿਆ ਲੈਣੀਆਂ ਨੇ, ਜਿਹੜਾ ਠੀਕਰੀ ਨੁਸਾਦਰ 6ਵੀਂ ਚੀਜ਼ ਇਹਦੇ ਵਿੱਚ 20 ਗ੍ਰਾਮ ਲੈਣਾ ਹੈ। ਇਹਨੂੰ ਤਿਆਰ ਕਿਸ ਤਰ੍ਹਾਂ ਦਵਾਈ ਨੂੰ ਕਰਨਾ ਹੈ, ਮੈਂ ਇਹ ਵੀ ਵਿਧੀ ਦੱਸ ਦਿਆਂ, ਸਾਰਾ ਕੁੱਝ ਮੈਂ ਪੂਰਾ ਦੱਸਾਂਗਾ ਚੰਗੀ ਤਰ੍ਹਾਂ ਵੀਰ ਸਾਡੇ ਸਮਝ ਲੈਣਾ। ਇਹ ਸਾਰੇ ਸਮਾਨ ਨੂੰ ਪੀਸ ਲੈਣਾ ਚੰਗੀ ਤਰ੍ਹਾਂ, ਪੀਸ ਕੇ ਬਿਲਕੁਲ ਬਰੀਕ ਛਾਨਣੀ ਨਾਲ ਇਹਨੂੰ ਛਾਣ ਲੈਣਾ, ਪਾਊਡਰ ਕਰ ਲੈਣਾ। ਉਸ ਤੋਂ ਬਾਅਦ ਕੀ ਕਰਨਾ ਹੈ, ਐਲੋਵੇਰਾ ਜਿਹਨੂੰ ਆਪਾਂ ਕੁਵਾਰ ਗੰਦਲ ਵੀ ਕਹਿੰਦੇ ਹਾਂ, ਆਮ ਸਾਰਿਆਂ ਨੂੰ ਪਤਾ ਆ, ਕੋਈ ਵੱਡੀ ਗੱਲ ਨੀ ਹੈਗੀ, ਹਰੇਕ ਘਰ ਦੇ ਵਿੱਚ ਹੁੰਦੀ ਹੈ। ਹਾਂਜੀ ਹਾਂਜੀ, ਉਹ ਲੈ ਲੈਣੀ ਹੈ। ਤੇ ਉਹਦੇ ਸਾਈਡਾਂ ਤੇ ਕੰਡੇ ਹੁੰਦੇ ਨੇ, ਸਾਈਡਾਂ ਤੋਂ ਉਹਨੂੰ ਛਿੱਲ ਲੈਣਾ ਹੈ, ਸਾਈਡਾਂ ਤੋਂ ਛਿੱਲ ਕੇ ਉੱਪਰਲਾ ਹਿੱਸਾ ਵੀ ਉਹਦਾ ਛਿੱਲ ਦੇਣਾ ਹੈ। ਇਹ ਯਾਨੀ ਕਿ ਜਿੱਦਾਂ ਨਾ ਆਪਾਂ ਕਹਿ ਲਓ ਵੀ ਕੋਈ ਉੱਪਰੋਂ ਛਿੱਲੜ ਲਾ ਦੇਣੀ, ਉਹਦੀ ਛਿੱਲੜ ਲਾ ਦੇਣੀ ਹੈ। ਤੇ ਵਿੱਚ ਜਿਹੜਾ ਗੁੱਦਾ ਹੁੰਦਾ ਉਹ ਕੱਢਣਾ ਜੀ, ਜਿਹੜਾ ਉਹ ਕੱਢ ਲੈਣਾ, ਉਹਦੇ ਵਿੱਚੋਂ ਉਹ ਗੁੱਦਾ ਕੱਢ ਲੈਣਾ, ਉਹਨੂੰ ਆਪਾਂ ਥੋੜਾ ਨਾ ਢਾਲ ਕੇ, ਜਿੱਦਾਂ ਉਹ ਜੰਮਿਆ ਜਿਹਾ ਹੁੰਦਾ ਉਹਦਾ ਜਿਹੜਾ ਗੁੱਦਾ ਹੁੰਦਾ, ਛਿੱਲੜ ਲਾ ਕੇ ਉਹਦੇ ਅੰਦਰ ਜਿਹੜਾ ਰਸ ਆ ਜਿਹੜਾ ਉਹ ਆਪਾਂ ਕੱਢ ਲੈਣਾ। ਉਹ ਕੱਢ ਕੇ ਕਿਤੇ ਭਾਂਡੇ ਦੇ ਵਿੱਚ ਪਾ ਕੇ, ਤੇ ਉਹ ਕੀ ਕਰਨਾ, ਉਹ ਇਹਦੇ ਵਿੱਚ ਦਵਾਈ ਦੇ ਪਾਣਾ ਉਹਨੂੰ, ਓਦਾਂ ਦਾ ਜਿੱਦਾਂ ਢੇਲੀਆਂ ਜਿਹੀਆਂ ਬੱਜੀਆਂ ਹੁੰਦੀਆਂ ਨੇ ਉਹਦੀਆਂ, ਜਿੱਦਾਂ ਉਹਨੂੰ ਥੋੜਾ ਜਿਹਾ ਰੱਖੋਗੇ ਤੇ ਉਹਨੇ ਢਲ ਜਾਣਾ ਆਪਣੇ ਆਪ ਹੀ। ਜਦ ਉਹ ਪਤਲਾ ਜਿਹਾ ਹੋ ਗਿਆ
ਤੇ ਇਸ ਸਾਰੇ ਸਮਾਨ ਦੇ ਵਿੱਚ ਇਹਨੂੰ ਪਾ ਕੇ ਨਾ ਉਹਨੂੰ ਲੋੜ ਅਨੁਸਾਰ ਪਾਣਾ ਜਿਹਦੇ ਨਾਲ ਗੋਲੀ ਵੱਟੀ ਜਾਏ। ਬਹੁਤ ਜ਼ਿਆਦਾ ਹਾਂਜੀ ਜ਼ਿਆਦਾ ਵੀ ਨਹੀਂ ਪਾ ਦੇਣਾ ਇਹ ਦਵਾਈ ਪਤਲੀ ਹੋ ਜਾਏ, ਤੇ ਬਹੁਤ ਜ਼ਿਆਦਾ ਘੱਟ ਵੀ ਨਹੀਂ ਰੱਖਣਾ ਵੀ ਜਿਹਦੇ ਨਾਲ ਗੋਲੀ ਵੀ ਨਾ ਵੱਟੀ ਜਾਏ, ਵੀ ਇੰਨੇ ਕੁ ਹਿਸਾਬ ਦੇ ਨਾਲ ਰੱਖਣਾ ਜਿੱਦਾਂ ਕਹਿ ਲਓ ਵੀ ਇਹ ਸਮਾਨ ਦੇ ਵਿੱਚ ਪਾ ਕੇ ਇਹਦੀ ਗੋਲੀ ਵੱਟ ਕੱਤੇ, ਤੇ ਇਹਦੀਆਂ ਗੋਲੀਆਂ ਵੱਟ ਲੈਣੀਆਂ ਨੇ ਜਿਹੜੀਆਂ ਉਹ ਗੋਲੀਆਂ ਵੱਟ ਲੈਣੀਆਂ ਨੇ ਚਨੇ ਦੇ ਬਰਾਬਰ। ਠੀਕ ਹੈ ਜੀ। ਤੇ ਚਨੇ ਬਰਾਬਰ ਇਹਦੀਆਂ ਗੋਲੀਆਂ ਵੱਟ ਲੈਣੀਆਂ ਨੇ। ਚਨਾ ਜਿਹੜਾ ਇੱਕ ਤੇ ਹੁੰਦਾ ਛੋਟਾ ਚਨਾ ਕਾਲਾ, ਇੱਕ ਹੁੰਦਾ ਥੋੜਾ ਮੋਟਾ ਚਨਾ ਚਿੱਟਾ ਚਨਾ, ਚਿੱਟੇ ਚਨੇ ਦੇ ਬਰਾਬਰ ਇਹਦੀਆਂ ਗੋਲੀਆਂ ਵੱਟ ਲੈਣੀਆਂ। ਤੇ ਇਹਨਾਂ ਇਹਨਾਂ ਗੋਲੀਆਂ ਨੂੰ ਸੁਕਾ ਲੈਣਾ, ਸੁਕਾ ਕੇ ਗੋਲੀਆਂ ਨੂੰ ਤੇ ਰੱਖ ਲੈਣਾ, ਤੇ ਇਹ ਦੋ ਗੋਲੀਆਂ ਸਵੇਰੇ ਤੇ ਦੋ ਗੋਲੀਆਂ ਸ਼ਾਮ ਨੂੰ ਲੈਣੀਆਂ ਨੇ, ਤੇ ਸਮੱਸਿਆ ਜਿਹੜੀ ਹੈ ਬਿਲਕੁਲ ਠੀਕ ਹੋ ਜਾਏਗੀ। ਸਵੇਰੇ ਖਾਲੀ ਪੇਟ ਦੋ ਗੋਲੀਆਂ ਲਿਆਉਣੀਆਂ ਨੇ, ਸ਼ਾਮ ਨੂੰ ਰੋਟੀ ਤੋਂ ਘੰਟਾ ਦੋ ਘੰਟੇ ਪਹਿਲਾਂ ਲਿਆਉਣੀਆਂ ਨੇ, ਤੇ ਪਾਣੀ ਨਾਲ ਇਹ ਦਵਾਈ ਖਾਣੀ ਹੈ। ਤੇ ਜਿਹਨਾਂ ਸਾਡੇ ਵੀਰਾਂ ਨੂੰ ਜਾਂ ਭੈਣਾਂ ਨੂੰ ਕਿਸੇ ਨੂੰ ਵੀ ਸਮੱਸਿਆ ਬਵਾਸੀਰ ਦੀ, ਇਹ ਸਮੱਸਿਆ ਜਿਹੜੀ ਬਿਲਕੁਲ ਠੀਕ ਹੋ ਜਾਏਗੀ। ਤੇ ਉਸ ਤੋਂ ਪਹਿਲਾਂ ਕੀ ਕਰਨਾ, ਜਿਸ ਤਰ੍ਹਾਂ ਨਾਲ ਜਿਸ ਤਰ੍ਹਾਂ ਕਬਜ਼ ਰਹਿੰਦੀ ਹੈ, ਤੇ ਕਬਜ਼ ਵਾਸਤੇ ਕੋਈ ਨਾਲ ਜਿਸ ਤਰ੍ਹਾਂ ਆਪਾਂ ਪਹਿਲਾਂ ਪਾਇਆ ਹੋਇਆ ਚੂਰਨ ਉਹ ਤਿਆਰ ਕਰ ਸਾਡੇ ਵੀਰ, ਤੇ ਕਬਜ਼ ਨੂੰ ਪਹਿਲਾਂ ਠੀਕ ਕਰ ਲੈਣ, ਕਬਜ਼ ਨੂੰ ਠੀਕ ਕਰਨ ਤੋਂ ਬਾਅਦ ਇਹ ਦਵਾਈ ਲੈਣ, ਤੇ 100% ਇਸ ਦਵਾਈ ਦਾ ਫਾਇਦਾ ਮਿਲੇਗਾ। ਚਾਹੂੰਗਾ ਕਿ ਜੇ ਸਾਡੇ ਦਰਸ਼ਕਾਂ ਨੇ ਉਸ ਚੂਰਨ ਬਾਰੇ ਜਿਹੜੀ ਦਾ ਤੁਸੀਂ ਜ਼ਿਕਰ ਕੀਤਾ ਜਾਣਕਾਰੀ ਲੈਣੀ ਆ, ਉਹ ਸਾਡੇ ਚੈਨਲ ਤੇ ਵੈਦ ਜੀ ਦਾ ਪੁਰਾਣਾ ਇੰਟਰਵਿਊ ਦੇਖ ਸਕਦੇ ਨੇ, ਜਿਹਦੇ ਵਿੱਚ ਇਹਨਾਂ ਨੇ ਚੂਰਨ ਬਣਾਉਣ ਬਾਰੇ ਦੱਸਿਆ ਹੋਇਆ ਕਿ ਜਿਹਦੇ ਨਾਲ ਕਬਜ਼ਾ ਜਿਹੜੀ ਉਹ ਖਤਮ ਹੋ ਜਾਂਦੀ ਹੈ, ਕਬਜ਼ ਦੀ ਸਮੱਸਿਆ ਤੋਂ ਨਿਰਾਤ ਪਾ ਸਕਦੇ ਆ। ਹਾਂਜੀ, ਉਹਦੇ ਵਿੱਚ ਦੂਸਰਾ ਤਨਵੰਤ ਸਿੰਘ ਜੀ, ਬਹੁਤ ਲੋਕਾਂ ਨੇ ਉਸ ਚੂਰਨ ਨੂੰ ਤਿਆਰ ਕੀਤਾ ਹੈ, ਮੇਰੇ ਕੋਲ ਫੋਨ ਵੀ ਬਾਅਦ ਵਿੱਚ ਕੀਤੇ ਨੇ, ਕਿਉਂਕਿ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਮੈਂ ਹਰ ਕਿਸੇ ਦਾ ਫੋਨ ਚੁੱਕ ਲਵਾਂ ਜਾਂ ਵੀ ਨਹੀਂ ਟਾਈਮ ਹੁੰਦਾ, ਜਿੰਨੇ ਕੁ ਨਾਲ ਮੇਰੀ ਕੋਈ ਗੱਲ ਹੋ ਟਾਈਮ ਹੋਇਆ ਤਾਂ ਕਿਸੇ ਦਾ ਫੋਨ ਮੈਂ ਉਠਾ ਲਿਆ, ਤੇ ਮੈਸੇਜ ਵੀ ਕੀਤੇ ਵੀ ਲੋਕਾਂ ਨੇ ਕਿ ਵੀ ਜਿੰਨਾ ਜਿੰਨਾ ਨੇ ਤਿਆਰ ਕੀਤਾ ਵੀ ਬਹੁਤ ਉਹਨਾਂ ਨੂੰ ਫਾਇਦਾ ਮਿਲਿਆ, ਵੀ ਉਹਨਾਂ ਦੀਆਂ ਜੋ ਅੰਗਰੇਜ਼ੀ ਦਵਾਈਆਂ ਖਾਂਦੇ ਸਨ ਨਾ ਤੇਜ਼ਾਬ ਵਾਸਤੇ ਗੈਸ ਵਾਸਤੇ ਕੈਪਸੂਲ, ਤੇ ਬਹੁਤ ਲੋਕਾਂ ਨੇ ਉਸਨੂੰ ਜਿੰਨਾ ਜਿੰਨਾ ਤਿਆਰ ਕੀਤਾ ਵੀ ਫਾਇਦਾ ਮਿਲਿਆ ਉਹ ਕੈਪਸੂਲਾਂ ਤੋਂ, ਉਹਨਾਂ ਦੀ ਜਿਹੜੀ ਕਿ ਸਮੱਸਿਆ ਜਿਹੜੀ ਤੋਂ ਖਾਂਦੇ ਸੀ ਗੈਸ ਤੇਜ਼ਾਬ ਤੋਂ ਕਬਜ਼ ਤੋਂ, ਤੇ ਉਹ ਬਿਲਕੁਲ ਠੀਕ ਹੋ ਗਈ ਹੈ, ਤੇ ਬਹੁਤ ਵਧੀਆ ਯਾਨੀ ਕਿ ਉਸ ਚੂਰਨ ਦੇ ਰਿਜ਼ਲਟ ਆਪਾਂ ਨੂੰ ਮਿਲੇ ਨੇ, ਕਿਉਂਕਿ ਆਪਾਂ ਤਾਂ ਬਿਲਕੁਲ ਸਹੀ ਤਰੀਕੇ ਦੇ ਨਾਲ ਦੱਸਿਆ, ਉਹਦੇ ਵਿੱਚ ਆਪਾਂ ਇੱਕ ਪੈਮੈਂਟ ਦਾ ਵੀ ਲੁਕਾ ਨਹੀਂ ਰੱਖਿਆ ਹੈਗਾ ਵੀ ਕਿਸੇ ਗੱਲ ਦਾ, ਤੇ ਚਲੋ ਜਿੰਨਾ ਜਿੰਨਾ ਨੇ ਤਿਆਰ ਕੀਤਾ ਉਹਨਾਂ ਨੂੰ ਫਾਇਦਾ ਮਿਲਿਆ। ਬਹੁਤ ਵਧੀਆ ਮੈਨੂੰ ਇਸ ਚੀਜ਼ ਦਾ ਲੱਗਿਆ ਵੀ ਕਿਸੇ ਦਾ ਆਪਣੇ ਜ਼ਰੀਏ ਯਾਨੀ ਕਿ ਜਿੱਦਾਂ ਆਪਣੀ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਮਿਲਿਆ, ਤੇ ਇਹ ਵੀ ਆਪਾਂ ਨੁਸਖਾ ਬਿਲਕੁਲ ਸਹੀ ਤਰੀਕੇ ਦੇ ਨਾਲ ਦੱਸ ਰਹੇ ਹਾਂ, ਕੋਈ ਇਹਦੇ ਵਿੱਚ ਇੱਕ ਵੀ ਪੈਂਟ ਆਪਾਂ ਨਹੀਂ ਲਗਾ ਕੇ ਰੱਖਾਂਗੇ। ਇਹ ਗੋਲੀਆਂ ਦੋ ਮੈਂ ਦੱਸ ਦਿੱਤੀਆਂ, ਜਿਸ ਤਰ੍ਹਾਂ ਦੋ ਗੋਲੀਆਂ ਸਵੇਰੇ ਲੈਣੀਆਂ ਤੇ ਦੋ ਗੋਲੀਆਂ ਸ਼ਾਮ ਲੈਣੀਆਂ ਨੇ, ਸਵੇਰੇ ਵੀ ਖਾਲੀ ਪੇਟ ਤੇ ਉੱਪਰੋਂ ਘੰਟਾ ਦੋ ਘੰਟੇ ਕੁੱਝ ਨਹੀਂ ਖਾਣਾ ਹੈਗਾ, ਤੇ ਸ਼ਾਮ ਨੂੰ ਵੀ ਰੋਟੀ ਤੋਂ ਕੋਈ ਦੋ ਕੁ ਘੰਟੇ ਪਹਿਲਾਂ, ਤੇ ਉੱਪਰੋਂ ਦਵਾਈ ਖਾਣ ਤੋਂ ਬਾਅਦ ਉੱਪਰੋਂ ਘੰਟਾ ਦੋ ਘੰਟੇ ਯਾਨੀ ਕਿ ਪਰਹੇਜ਼ ਰੱਖਣਾ ਕੁੱਝ ਖਾਣ ਦਾ, ਤੇ ਉੱਪਰੋਂ ਨਹੀਂ ਕੁੱਝ ਖਾਣਾ, ਤੇ ਇਹ ਜਿੰਨਾ ਨੂੰ ਸਮੱਸਿਆ ਬਵਾਸੀਰ ਦੀ ਹੈ ਇਹ ਸਮੱਸਿਆ ਜਿਹੜੀ ਬਿਲਕੁਲ ਠੀਕ ਹੋ ਜਾਏਗੀ। ਇਹ ਨੁਸਖਾ ਸਾਡੇ ਦਰਸ਼ਕ ਜਿਹੜੇ ਨੇ ਘਰ ਦੇ ਵਿੱਚ ਆਪਣੇ ਤਿਆਰ ਕਰ ਲੈਣਾ। ਸਮੱਸਿਆ ਬਵਾਸੀਰ ਦੀ ਸਮੱਸਿਆ ਆ ਜਿਹੜੀ ਕਦੇ ਕਿਸੇ ਵਿਅਕਤੀ ਨੂੰ ਹੋ ਜਾਂਦੀ ਹੈ, ਤਾਂ ਤੋਂ ਪਰਹੇਜ਼ ਕਿਸ ਕਿਸ ਚੀਜ਼ ਦੇ ਰੱਖਣੇ ਚਾਹੀਦੇ ਨੇ, ਜਦੋਂ ਸਮੱਸਿਆ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਸ ਚੀਜ਼ ਦਾ ਪਰਹੇਜ਼ ਰੱਖਣਾ ਚਾਹੀਦਾ? ਪਰਹੇਜ਼ ਇਹਦੇ ਵਿੱਚ ਜ਼ਿਆਦਾ ਗਰਮ ਚੀਜ਼ਾਂ ਦਾ, ਮਿਰਚ ਮਸਾਲੇ ਵਾਲੀਆਂ ਚੀਜ਼ਾਂ ਦਾ, ਦਵਾਈ ਦੇ ਨਾਲ ਵੀ ਪਰਹੇਜ਼ ਰੱਖਣਾ ਹੈ। ਇਸ ਤੇ ਮੈਂ ਦਵਾਈ ਦਾ ਪਰਹੇਜ਼ ਪਹਿਲਾਂ ਦੱਸ ਦਿਆਂ, ਜਿਸ ਤਰ੍ਹਾਂ ਲਾਲ ਮਿਰਚ ਹੋ ਗਈ ਜਾਂ ਹੋਰ ਮਿਰਚ ਮਸਾਲਾ ਜ਼ਿਆਦਾ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ। ਜਿਹੜੇ ਵੀਰ ਸਾਡੇ ਆਂਡਾ ਮੀਟ ਸ਼ਰਾਬ ਇਹ ਚੀਜ਼ਾਂ ਖਾਂਦੇ ਨੇ ਉਹ ਉਸ ਚੀਜ਼ ਦਾ ਵੀ ਪਰਹੇਜ਼ ਕਰ ਲੈਂਦੇ ਇਸ ਦਵਾਈ ਦੇ ਨਾਲ, ਜਿੰਨਾ ਟਾਈਮ ਦਵਾਈ ਖਾਣੀ ਹੈ। ਅੱਗੋਂ ਪਿੱਛੋਂ ਵੀ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨ ਦੇ ਵਧੀਆ ਗੱਲ ਹੈ, ਕਿਉਂਕਿ ਇਹਨਾਂ ਚੀਜ਼ਾਂ ਦੇ ਅੰਦਰ ਜ਼ਿਆਦਾ ਮਾਤਰਾ ਦੇ ਵਿੱਚ ਲੈਣਗੇ ਗਰਮੀ ਪੈਦਾ ਕਰ ਦੇਣੀ ਹੈ, ਤੇ ਗਰਮੀ ਨਾਲ ਜਦ ਅੰਦਰ ਇੱਕ ਵਾਰੀ ਪੈ ਗਈ ਤੇ ਫਿਰ ਉਹਦੇ ਨਾਲ ਸੰਬੰਧ ਦੇ ਵਿੱਚ ਸੰਬੰਧਿਤ ਕਾਫੀ ਰੋਗ ਅੰਦਰ ਸਰੀਰ ਦੇ ਹੌਲੀ ਹੌਲੀ ਪੈਦਾ ਸ਼ੁਰੂ ਹੋਣੇ ਸ਼ੁਰੂ ਹੋ ਜਾਂਦੇ ਨੇ, ਤੇ ਇਹਦੇ ਨਾਲ ਬਸ ਖਾਣ ਪੀਣ ਦਾ ਹੀ ਪਰਹੇਜ਼ ਹੈ। ਬਾਕੀ ਜਦ ਕਬਜ਼ ਜਿਹੜੀ ਹੈ ਜਾੜਿਆ ਇਸ ਬਿਮਾਰੀ ਦੀ, ਕਬਜ਼ ਨੂੰ ਯਾਨੀ ਨਹੀਂ ਹੋਣ ਦੇਣਾ, ਪੇਟ ਨੂੰ ਬਿਲਕੁਲ ਠੀਕ ਰੱਖੋ, ਸਾਫ਼ ਰੱਖੋ, ਤੇ ਕੋਈ ਬਿਮਾਰੀ ਵੈਸੇ ਵੀ ਲਾਗੇ ਨਹੀਂ ਆਉਣੀ ਹੈਗੀ, ਆਪਣੇ ਆਪ ਹੀ ਠੀਕ ਰਹਿੰਦਾ ਬਾਕੀ ਦਾ ਸਿਸਟਮ, ਸਾਰੀਆਂ ਬਿਮਾਰੀਆਂ ਦੀ ਜੜ ਕਹਿ ਲਓ ਕਬਜ਼ ਹੈ।
ਤੇ ਵੈਦ ਜੀ ਇੱਕ ਸਾਨੂੰ ਇਹ ਵੀ ਗੱਲ ਦੱਸੋ ਕਿ ਜਦੋਂ ਇਹ ਬਿਮਾਰੀ ਹੋਣ ਤੋਂ ਪਹਿਲਾਂ ਜਾਂ ਫਿਰ ਕਬਜ਼ ਨਾ ਹੋਵੇ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਰੱਖ ਸਕਦੇ ਹਾਂ ਵੀ ਜਿਹਨਾਂ ਨੂੰ ਵੱਧ ਮਾਤਰਾ ਵਿੱਚ ਨਾ ਖਾਈਏ ਕਿ ਜਿਸ ਨਾਲ ਸਾਡਾ ਪੇਟ ਸਾਫ਼ ਰਹਿ ਸਕੇ? ਇਹਦੇ ਵਿੱਚ ਵੇਖੋ ਵੀਰ ਧਨਵੰਤ ਸਿੰਘ ਜੀ, ਜਿਹੜੀਆਂ ਜ਼ਿਆਦੀਆਂ ਖੁਸ਼ਕ ਚੀਜ਼ਾਂ ਨੇ, ਜਿਸ ਤਰ੍ਹਾਂ ਹੁਣ ਕਈ ਵੀਰ ਕੀ ਕਰਦੇ ਨੇ, ਯੂਟਿਊਬ ਤੋਂ ਦੇਖ ਲਿਆ ਜਾਂ ਉੱਦਾਂ ਕਿਤੋਂ ਸੁਣਿਆ ਸੁਣਿਆ, ਨੁਸਖਾ ਤਿਆਰ ਕਰਕੇ ਖੁਸ਼ਕ ਚੀਜ਼ਾਂ ਉਹਦੇ ਸਫ਼ੇਦ ਮੁਸਰੀ ਇਹੋ ਜਿਹੀਆਂ ਚੀਜ਼ਾਂ ਪਾ ਪੂ ਕੇ ਉਹ ਤਿਆਰ ਕਰ ਲੈਂਦੇ ਨੁਸਖਾ, ਉਹ ਨੁਸਖਾ ਤਿਆਰ ਕਰਕੇ ਦਵਾਈ ਖਾਂਦੇ ਨੇ, ਉਹ ਜਦ ਖੁਸ਼ਕ ਚੀਜ਼ਾਂ ਜਿਹੜੀਆਂ ਖਾਂਦੇ ਨੇ, ਖੁਸ਼ਕ ਦਵਾਈਆਂ ਖਾਂਦੇ ਨੇ, ਉਹਨਾਂ ਦੇ ਨਾਲ ਫਿਰ ਸਰੀਰ ਦੇ ਅੰਦਰ ਫਾਇਦਾ ਤੇ ਉਹਨਾਂ ਕੋਈ ਕਰਨਾ ਨਹੀਂ ਹੁੰਦਾ, ਉਲਟਾ ਉਹਨਾਂ ਨੇ ਨੁਕਸਾਨ ਕਰਨਾ ਹੁੰਦਾ, ਵੀ ਉਹ ਫਿਰ ਕਬਜ਼ ਜਿਹੜੀ ਉਸ ਚੀਜ਼ ਨਾਲ ਸ਼ੁਰੂ ਹੋ ਜਾਂਦੀ ਹੈ ਪੈਦਾ ਹੋਣੀ। ਤੇ ਇਹੋ ਜਿਹੀਆਂ ਚੀਜ਼ਾਂ ਜਾਂ ਬਹੁਤ ਜ਼ਿਆਦੀਆਂ ਗਰਮ ਚੀਜ਼ਾਂ ਖਾਣੀਆਂ ਤੇ ਇਹਨਾਂ ਦੇ ਨਾਲ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਖਾਣ ਪੀਣ ਦੇ ਵਿੱਚ ਥੋੜ੍ਹਾ ਪਰਹੇਜ਼ ਵਧੀਆ ਤਰੀਕੇ ਦੇ ਨਾਲ ਖਾਧਾ ਜਾਵੇ ਜਿਸ ਤਰ੍ਹਾਂ, ਤੇ ਉਹੀ ਠੀਕ ਰਹਿੰਦਾ ਜਿਸ ਤਰ੍ਹਾਂ। ਤੇ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਚੀਜ਼ਾਂ ਦੇ ਜਾਂ ਆਪ ਕਹਿ ਲਓ ਵੀ ਇਹੋ ਜਿਹੀਆਂ ਚੀਜ਼ਾਂ ਤਿਆਰ ਕਰਕੇ ਖਾ ਲੈਣੀਆਂ ਦਵਾਈਆਂ ਵਗੈਰਾ, ਤੇ ਉਹਨਾਂ ਦੇ ਨੁਕਸਾਨ ਹੁੰਦੇ ਨੇ। ਤੇ ਖੁਸ਼ਕ ਚੀਜ਼ਾਂ ਜਿਹੜੀਆਂ ਜ਼ਿਆਦਾ ਮਾਤਰਾ ਦੇ ਵਿੱਚ ਖਾਣ ਦੇ ਨਾਲ ਜਿਹੜੀ ਇਹ ਕਬਜ਼ ਅੱਗੇ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਇਹ ਸਿਸਟਮ ਹੈ ਜੀ। ਸੋ ਵੈਦ ਜੀ, ਤੁਸੀਂ ਸਾਨੂੰ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਆ ਕਿ ਬਵਾਸੀਰ ਦੇ ਰੋਗ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਉਸ ਤੋਂ ਇਲਾਜ ਜਿਹੜਾ ਤੁਸੀਂ ਦੇਸੀ ਨੁਸਖਾ ਦੱਸਿਆ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੈਦ ਜੀ। ਠੀਕ ਹੈ ਜੀ, ਧਨਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੇ ਤਾਂ ਤੁਸੀਂ ਜੋ ਸਾਨੂੰ ਦਰਸ਼ਕਾਂ ਦੇ ਰੂਬਰੂ ਕੀਤਾ, ਤੇ ਠੀਕ ਹੈ ਜੀ। ਸੋ ਦੋਸਤੋ, ਇਹ ਸੀ ਜੀ ਵੈਦ ਨਰਿੰਦਰ ਸਿੰਘ ਜੀ, ਜਿਨ੍ਹਾਂ ਨੇ ਅੱਜ ਸਾਨੂੰ ਬਾਬਾ ਸਿਰ ਦੀ ਜਿਹੜੀ ਬਿਮਾਰੀ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਆ ਕਿ ਉਸ ਤੇ ਕੀ ਕਾਰਨ ਹੁੰਦੇ ਨੇ ਤੇ ਕੀ ਪਰਹੇਜ਼ ਰੱਖਣੇ ਚਾਹੀਦੇ ਨੇ ਤੇ ਕਿਸ ਤਰ੍ਹਾਂ ਅਸੀਂ ਦੇਸੀ ਨੁਸਖੇ ਵਰਤ ਕੇ ਉਸ ਬਿਮਾਰੀ ਤੋਂ ਨਿਜਾਕਤ ਪਾ ਸਕਦੇ ਹਾਂ। ਤੁਸੀਂ ਜੁੜੇ ਰਹੋ ਸਿਹਤ ਸੁਧਾਰ ਚੈਨਲ ਦੇ ਨਾਲ। ਤੁਹਾਨੂੰ ਅੱਜ ਦੀ ਇਹ ਸਾਡੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤੇ ਅੱਗੇ ਨੂੰ ਅਸੀਂ ਕਿਸ ਵਿਸ਼ੇ ਦੇ ਉੱਤੇ ਜਿਹੜੀ ਆ ਜਾਣਕਾਰੀ ਲੈ ਕੇ ਆਈਏ ਕਿ ਕਿਸ ਬਿਮਾਰੀ ਦੇ ਬਾਰੇ ਜਾਣਕਾਰੀ ਲੈ ਕੇ ਆਈਏ, ਕਮੈਂਟ ਬਾਕਸ ਆਪਣੀ ਰਾਏ ਦੇਣੀ ਨਾ ਭੁੱਲਿਓ। ਸਤਿ ਸ੍ਰੀ ਅਕਾਲ।